ਹਾਂਜੀ ਸਰ, ਮੈਂ ਪ੍ਰਭਦੀਪ ਸਿੰਘ ਇੱਥੇ ਐਜ਼ ਏ ਕੈਮਿਸਟਰੀ ਲੈਕਚਰਰ ਡਿਊਟੀ ਦੇ ਰਿਹਾ। ਅਸੀਂ 3 ਕੁ ਸਾਲ ਤੋਂ ਇੱਥੇ ਕ੍ਰਿਕਟ ਸ਼ੁਰੂ ਕੀਤੀ ਵੀ ਹੈ। 2014 'ਚ ਸਟਾਰਟ ਕੀਤੀ ਸੀ। ਪਹਿਲਾਂ ਅਸੀਂ 50,000 ਰੁਪਏ ਇਕੱਠੇ ਕਰਕੇ ਕੁਝ ਪਿੰਡ 'ਚੋਂ ਕੁਝ ਸਟਾਫ 'ਚੋਂ ਅਸੀਂ ਇੱਕ ਪਿੱਚ ਬਣਾਈ ਸੀ। ਪਿਛਲੇ ਸਾਲ ਅਸੀਂ 1,00,000 ਰੁਪਈਆ ਇਕੱਠਾ ਕਰਕੇ 95,000 ਪਿੱਚ ਬਣਾਈ। ਹੁਣ ਸਮਾਨ ਲੈ ਕੇ ਆਉਂਦਾ ਏ, ਨੈੱਟ ਲੈ ਕੇ ਆਉਂਦੇ, ਬਾਕੀ ਮਨਪ੍ਰੀਤ ਸਿੰਘ ਕੋਚਿੰਗ ਦੇ ਰਿਹਾ ਸ਼ੁਰੂ ਤੋਂ। ਜੀ ਮੇਰਾ ਨਾਮ ਰੁਪਦੀਪ ਕੌਰ ਅਤੇ ਮੈਂ ਇੱਕ ਫਾਸਟ ਬੋਲਰ ਹਾਂ। ਐਂਡ ਮੈਂ ਜਿਸ ਦਿਨ ਹਰਮਨਪ੍ਰੀਤ ਜੀ ਇੱਥੇ ਆਏ ਸੀਗੇ ਉਹਨਾਂ ਨੂੰ ਮਿਲਣ ਗਈ ਸੀਗੀ। ਮੇਰਾ ਡ੍ਰੀਮ ਇਹ ਆ ਕਿ ਮੈਂ ਇੱਕ ਫਾਸਟ ਬੋਲ ਬਣਾ ਅਤੇ ਨੈਸ਼ਨਲ ਮੈਂ ਇੰਦੌਰ ਗਈ ਸੀ ਖੇਡਣ, ਉੱਥੇ ਅਸੀਂ ਸੈਮੀ ਕੁਆਟਰ ਤੱਕ ਪਹੁੰਚੇ ਅਤੇ ਬਹੁਤ ਵਧੀਆ ਪ੍ਰਦਰਸ਼ਨ ਹੋਇਆ। ਅਸੀਂ ਹਰ ਸਾਲ ਝੋਨਾ ਲਾ ਕੇ ਕਮਾਈ ਕਰਦੇ ਹਾਂ। ਜਿਹੜੀ ਸਾਡੀ ਪੜ੍ਹਾਈ ਦਾ ਖਰਚਾ ਹੈ, ਜਿਹੜਾ ਸਾਡਾ ਪੜ੍ਹਾਈ ਦਾ ਖਰਚਾ ਹੈ, ਉਹ ਅਸੀਂ ਆਪ ਖੁਦ ਥੋੜ੍ਹਾ ਬਹੁਤਾ ਕਮਾ ਕੇ ਫਿਰ ਖਰਚਾ ਕਰਦੇ ਹਾਂ। ਅਸੀਂ ਹਰ ਸਾਲ ਅਸੀਂ ਝੋਨਾ ਲਾ ਕੇ ਡੈਡੀ ਦੀ ਥੋੜ੍ਹੀ ਜਿਹੀ ਮਦਦ ਕਰਦੇ ਵੀ ਹਾਂ, ਨਾਲੇ ਅਸੀਂ ਝੋਨਾ ਨਾਲੇ ਕਣਕ ਵੱਢਦੇ ਹਾਂ, ਇਸ ਕਰਕੇ ਸਾਡਾ ਘਰ ਦਾ ਕੰਮ ਚੱਲਦਾ। ਇਸ ਸਾਲ ਜੂਨ 'ਚ ਝੋਨਾ ਲਾ ਕੇ ਕਿੰਨੇ ਪੈਸੇ ਕਮਾਏ? 2,000। ਮੈਚਾਂ ਦੇ ਦੌਰਾਨ ਲਾਇਆ? ਹਾਂਜੀ, ਮੈਚਾਂ ਦੇ ਦੌਰਾਨ ਅਸੀਂ ਝੋਨਾ ਲਾਇਆ ਸੀਗਾ। ਬਰਨਾਲੇ ਜਾਣ ਤੋਂ ਪਹਿਲਾਂ ਤੇ ਬਾਅਦ 'ਚ? ਬਾਅਦ 'ਚ ਵੀ ਲਾਇਆ ਸੀ, ਪਹਿਲਾਂ ਵੀ ਲਾਇਆ ਸੀਗਾ। ਅਸੀਂ 6 ਭੈਣ ਭਰਾ ਹੈ। ਛੋਟਾ ਭਰਾ ਮੇਰਾ ਕਿਹੜੀ ਕਿਹੜੀ ਕਲਾਸ 'ਚ ਪੜ੍ਹਦਾ? ਉਹ 9th ਕਲਾਸ 'ਚ ਪੜ੍ਹਦੇ ਆ।